जिहड़ी पंजाबी भाषा उसी सरकारी गैर सरकारी जिन्ने भी अदारे है कोई दुकाना उन्हां दे बाहर लिखनी जिहड़ी है वह लाजमी जिहड़ी है वह कर। वैसे तो देखो ये पंजाबी सूबा है बहुत पहला यह जिहड़े सी एम रहे ने उन्हां वल्लों हो जाणा चाहीदा सी। जी हिंदी जी इंग्लिश होगी ज उर्दू कोई भी भाषा है वो मुकम्मल वे पाबंदी ला रहे हो कि सेकेंडरी किसी चाहे कोई बाई भाषा चल हो कोई फ्रेंच च लिखे कोई अंग्रेजी च लिखे ना सा किसी कोई विरोध जी बाकी भाषा लिखे पर पंजाबी जरूर क्योंकि कोई इतने बच्चा आ रहे है ना कोई बाहरले सूबे तो आ रहा है घट्टो घट उन्होंने पता तो लगे उपर पढ़ के मैं पंजाब च खड़ा उपर पंजाबी लिखी हुई है तो साडा किसी भाषा का कोई विरोध नहीं साडा पंजाबी नाल साडी मां बोली है इहदे नाल प्यार है इस करके पंजाबी पहला। पंजाबी बोलते हैं पंजाबी पढ़ते हैं पंजाबी नूं प्यार करते हैं असीं सारे ही अपने आप कोई किसी दा कोई प्राइवेट स्कूल है कोई दुकान है कोई मॉल है जां कोई वड्डी कोई इंटरनेशनल चेन भी है उन्हां सारिआं नूं ही क्योंकि रहिंदे तां असीं पंजाब च ही आ ना जम्मे पंजाब च खांदे पंजाब दा तो सानू सारिआं नूं चाहीदा कि असीं पंजाबी अपने आप लिखिए। सो इहदी शुरुआत अज इत्थों जलंधर तों कीती गई है क्रीमिका जलंधर दी सुपर क्रीमिका जलंधर दी मशहूर जिहड़ी बहुत पुरानी तकरीबन 50 साल तों ज़्यादा पुरानी इह दुकान है। मैं अशोक जी नूं ਵਧਾਈ ਦਿੰਦਾ ਜਿਨ੍ਹਾਂ ਨੇ ਪੰਜਾਬੀ ਦਾ ਜਿਹੜਾ ਅੱਜ ਇੱਥੇ ਬੋਰਡ ਲਾ ਕੇ ਇਹਦੀ ਸ਼ੁਰੂਆਤ ਅੱਜ ਪੰਜਾਬੀ ਬੋਰਡਾਂ ਦੀ ਸ਼ੁਰੂਆਤ ਅੱਜ ਜਲੰਧਰ ਤੋਂ ਕਰ ਰਹੇ ਹਾਂ ਸਰਕਾਰ ਦੀ ਕੀ ਮੰਗ ਹੈ ਜੀ। ਦੇਖੋ ਜੀ ਪਿਛਲੇ ਦਿਨੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਐਲਾਨ ਕੀਤਾ ਸੀ ਕਿ ਪੰਜਾਬੀ ਜਿਹੜੀ ਬੋਲੀ ਹੈ ਜਿਹੜੀ ਪੰਜਾਬੀ ਭਾਸ਼ਾ ਉਹ ਅਸੀਂ ਸਰਕਾਰੀ ਗੈਰ ਸਰਕਾਰੀ ਜਿੰਨੇ ਵੀ ਅਦਾਰੇ ਹੈ ਕੋਈ ਦੁਕਾਨਾਂ ਨੇ ਉਹਨਾਂ ਦੇ ਬਾਹਰ ਲਿਖਣੀ ਜਿਹੜੀ ਹੈ ਉਹ ਲਾਜ਼ਮੀ ਜਿਹੜੀ ਹੈ ਉਹ ਕਰ। ਵੈਸੇ ਤਾਂ ਦੇਖੋ ਇਹ ਪੰਜਾਬੀ ਸੂਬਾ ਹੈਗਾ ਬਹੁਤ ਪਹਿਲਾਂ ਇਹ ਜਿਹੜੇ ਸੀ ਐਮ ਰਹੇ ਨੇ ਉਹਨਾਂ ਵੱਲੋਂ ਹੋ ਜਾਣਾ ਚਾਹੀਦਾ ਸੀ ਪਰ ਕਿਉਂਕਿ ਭਗਵੰਤ ਮਾਨ ਜੀ ਮਿੱਟੀ ਨਾਲ ਜੁੜੇ ਹੋਏ ਪੰਜਾਬੀ ਨਾਲ ਜੁੜੇ ਹੋਏ ਪੰਜਾਬੀ ਨੂੰ ਪਿਆਰ ਕਰਨ ਵਾਲੇ ਮੁੱਖ ਮੰਤਰੀ ਉਹਨਾਂ ਨੇ ਐਲਾਨ ਪਿਛਲੇ ਦਿਨ ਹੀ ਕੀਤਾ ਸੀ ਕਿ ਉਹਨਾਂ ਨੇ ਕਿਹਾ ਸੀ ਕਿ 21 ਫਰਵਰੀ ਤੱਕ ਸਾਰਿਆਂ ਲਈ ਕਰਨਾ ਇਹ ਲਾਜ਼ਮੀ ਹੈ ਜਿਹੜੇ ਨਹੀਂ ਕਰਨਗੇ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਵਿਰੁੱਧ ਜਿਹੜੀ ਕੋਈ ਕਾਰਵਾਈ ਕੋਈ ਫਾਈਨ ਜਿਹੜਾ ਉਹ ਰੱਖਿਆ ਜਾਊਗਾ। ਪਰ ਸਾਡੀ ਕੋਸ਼ਿਸ਼ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹਨੂੰ ਅਸੀਂ ਘਮੇਮ ਬਣਾਈਏ ਪੰਜਾਬੀ ਨੂੰ ਵੀ ਘੱਟੋ ਘੱਟ ਲਾਗੂ ਕਰਵਾਉਣ ਦੇ ਲਈ ਸਾਨੂੰ ਸਮਝਦੇ ਹਾਂ ਕਿਉਂਕਿ ਇਹ 3.25 ਕਰੋੜ ਜਿਹੜੇ ਪੰਜਾਬੀ ਹੈ ਸਾਡੀ ਸਾਰੇ ਜ਼ਿੰਮੇਵਾਰੀ ਹੈ ਇਹਦੇ ਲਈ ਵੀ ਮੈਨੂੰ ਲੱਗਦਾ ਕਿ ਸਾਨੂੰ ਸਖਤੀ ਕਰਨ ਦੀ ਜ਼ਰੂਰਤ ਨਾ ਪਵੇ। ਸਾਨੂੰ ਸਾਰੇ ਹੀ ਅਸੀਂ ਪੰਜਾਬੀ ਬੋਲਦੇ ਹਾਂ ਪੰਜਾਬੀ ਪੜ੍ਹਦੇ ਹਾਂ ਪੰਜਾਬੀ ਨੂੰ ਪਿਆਰ ਕਰਦੇ ਹਾਂ ਅਸੀਂ ਸਾਰੇ ਹੀ ਆਪਣੇ ਆਪ ਕੋਈ ਕਿਸੇ ਦਾ ਕੋਈ ਪ੍ਰਾਈਵੇਟ ਸਕੂਲ ਹੈ ਕੋਈ ਦੁਕਾਨ ਹੈ ਕੋਈ ਮਾਲ ਹੈ ਜਾਂ ਕੋਈ ਵੱਡੀ ਕੋਈ ਇੰਟਰਨੈਸ਼ਨਲ ਚੇਨ ਵੀ ਹੈ ਉਹਨਾਂ ਸਾਰਿਆਂ ਨੂੰ ਹੀ ਕਿਉਂਕਿ ਰਹਿੰਦੇ ਤਾਂ ਅਸੀਂ ਪੰਜਾਬ 'ਚ ਹੀ ਆ ਨਾ ਜੰਮੇ ਪੰਜਾਬ 'ਚ ਖਾਂਦੇ ਪੰਜਾਬ ਦਾ ਤਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਪੰਜਾਬੀ ਆਪਣੇ ਆਪ ਲਿਖੀਏ। ਸੋ ਇਹਦੀ ਸ਼ੁਰੂਆਤ ਅੱਜ ਇੱਥੋਂ ਜਲੰਧਰ ਤੋਂ ਕੀਤੀ ਗਈ ਹੈ ਕ੍ਰੀਮਿਕਾ ਜਲੰਧਰ ਦੀ ਸੁਪਰ ਕ੍ਰੀਮਿਕਾ ਜਲੰਧਰ ਦੀ ਮਸ਼ਹੂਰ ਜਿਹੜੀ ਬਹੁਤ ਪੁਰਾਣੀ ਤਕਰੀਬਨ 50 ਸਾਲ ਤੋਂ ਜ਼ਿਆਦਾ ਪੁਰਾਣੀ ਇਹ ਦੁਕਾਨ ਹੈ। ਮੈਂ ਅਸ਼ੋਕ ਜੀ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਪੰਜਾਬੀ ਦਾ ਜਿਹੜਾ ਅੱਜ ਇੱਥੇ ਬੋਰਡ ਲਾ ਕੇ ਇਹਦੀ ਸ਼ੁਰੂਆਤ ਕੀਤੀ ਹੈ। ਮੈਂ ਬਾਲੀ ਭਾਅ ਜੀ ਨੂੰ ਮੁਬਾਰਕਬਾਦ ਦਿੰਦਾ ਮਾਨ ਜੀ ਨੂੰ ਮੁਬਾਰਕਬਾਦ ਦਿੰਦਾ ਅਰੋੜਾ ਸਾਹਿਬ ਦੇ ਹਲਕੇ ਸਾਡੇ ਵਿਧਾਇਕ ਜੀ ਇੱਥੇ ਮੌਜੂਦ ਹੈ ਮੈਂ ਉਹਨਾਂ ਨੂੰ ਬਹੁਤ ਵਧਾਈ ਦਿੰਦਾ ਕਿ ਆਉਣ ਵਾਲੇ ਸਮੇਂ 'ਚ ਜਿੱਥੇ ਅਸੀਂ ਇਹਨੂੰ ਮੁਹਿੰਮ ਉਠਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉੱਥੇ ਮੈਂ ਸਮੁੱਚੇ ਪੰਜਾਬੀਆਂ ਨੂੰ ਸਾਰੇ ਦੁਕਾਨਦਾਰਾਂ ਨੂੰ ਸਾਰੇ ਜੋ ਵੀ ਅਦਾਰੇ ਚਲਾ ਰਹੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਸਾਡੀ ਜਿਹੜੀ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਲਈ ਪੰਜਾਬੀ ਮਾਂ ਬੋਲੀ ਦੀ ਅਸੀਂ ਜਿਹੜੀਆਂ ਇਹ ਕਹਿ ਲਓ ਵੀ ਬਾਹਰ ਪਲੇਸ ਹੈ ਸਾਰੇ ਪੰਜਾਬ ਦੇ ਵਿੱਚ ਇਹਨੂੰ ਮੁਹਿੰਮ ਬਣਾਈਏ ਸਾਰੇ ਇਹਦੇ 'ਚ ਜਿਹੜਾ ਸਾਥ ਦੇਣ ਤਾਂ ਕਿ ਸਾਡੇ ਜਿਹੜੇ ਬੱਚੇ ਵੀ ਕੋਈ ਬੱਚਾ ਕੱਲ੍ਹ ਨੂੰ ਇਸ ਦੁਕਾਨ 'ਤੇ ਆਊਗਾ ਤਾਂ ਅੰਗਰੇਜ਼ੀ ਦੇ ਨਾਲ ਨਾਲ ਉੱਪਰ ਪੰਜਾਬੀ ਲਿਖੀ ਵੀ ਪੜ੍ਹੂਗਾ। ਸਾਡਾ ਦੇਖੋ ਕੋਈ ਕਿਸੇ ਹਿੰਦੀ ਅੰਗਰੇਜ਼ੀ ਦੇ ਨਾਲ ਵਿਰੋਧ ਨਹੀਂ ਸਾਡਾ ਇਹ ਹੈ ਵੀ ਭਾਈ ਸਾਡੀ ਮਾਂ ਬੋਲੀ ਜਿਹੜੀ ਹੈ ਉਹ ਪਹਿਲੇ ਨੰਬਰ 'ਤੇ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਸੋ ਆਉਣ ਵਾਲੇ ਸਮੇਂ 'ਚ ਵੀ ਅਸੀਂ ਜਿਹੜੇ ਇਸ ਤਰ੍ਹਾਂ ਦੇ ਪਾਬੰਦੀ ਲਾ ਰਹੇ ਜਿਹੜੀ ਹਿੰਦੀ ਤੇ ਜਿਹੜੀ ਇੰਗਲਿਸ਼ ਹੋਊਗੀ ਜਾਂ ਉਰਦੂ ਕੋਈ ਵੀ ਭਾਸ਼ਾ ਹੈ ਉਹਦੇ ਮੁਕੰਮਲ ਉਹਦੇ ਤੇ ਤੁਸੀਂ ਪਾਬੰਦੀ ਲਾ ਰਹੇ ਹੋ ਕਿ ਜਾਂ ਸੈਕੰਡਰੀ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਚਾਹੇ ਕੋਈ ਬਾਈ ਭਾਸ਼ਾ 'ਚ ਨਾਲ ਹੋਰ ਲਿਖੇ ਕੋਈ ਫ੍ਰੈਂਚ 'ਚ ਲਿਖੇ ਕੋਈ ਅੰਗਰੇਜ਼ੀ 'ਚ ਲਿਖੇ ਨਾਲ ਸਾਡਾ ਕਿਸੇ ਨਾਲ ਕੋਈ ਵਿਰੋਧ ਜਿਹੜੀ ਮਰਜ਼ੀ ਭਾਸ਼ਾ 'ਚ ਲਿਖੇ ਪਰ ਪੰਜਾਬੀ 'ਚ ਨਾਲ ਜ਼ਰੂਰ ਕਿਉਂਕਿ ਕੋਈ ਇੱਥੇ ਬੱਚਾ ਆ ਰਿਹਾ
ਖੜਾ ਕੋਈ ਬਾਹਰਲੇ ਸੂਬੇ ਤੋਂ ਆ ਰਿਹਾ ਘੱਟੋ ਘੱਟ ਉਹਨੂੰ ਪਤਾ ਤਾਂ ਲੱਗੇ ਉੱਪਰ ਪੜ੍ਹ ਕੇ ਮੈਂ ਪੰਜਾਬ 'ਚ ਖੜਾ ਉੱਪਰ ਪੰਜਾਬੀ ਲਿਖੀ ਹੋਈ ਹੈ ਉਹ ਸਾਡਾ ਕਿਸੇ ਭਾਸ਼ਾ ਦਾ ਕੋਈ ਵਿਰੋਧ ਨਹੀਂ ਸਾਡਾ ਪੰਜਾਬੀ ਨਾਲ ਸਾਡੀ ਮਾਂ ਬੋਲੀ ਇਹਦੇ ਨਾਲ ਪਿਆਰ ਹੈ ਇਸ ਕਰਕੇ ਪੰਜਾਬੀ ਪਹਿਲਾਂ ਇਹ ਸਭ ਕੁਝ ਵਿਚਾਰ ਰੱਖਿਆ ਗਿਆ ਜਦੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਬੋਰਡ ਪੰਜਾਬੀ 'ਚ ਨਜ਼ਰ ਆਉਣਗੇ 21 ਫਰਵਰੀ ਜਿਹੜਾ ਇੰਟਰਨੈਸ਼ਨਲ ਜਿਹੜਾ ਲਾਈਵ ਹੋਊਗਾ ਉਦੋਂ ਤੱਕ ਸਾਡਾ ਇਹ ਇੱਛਾ ਹੈ ਕਿ ਅਸੀਂ ਉਦੋਂ ਤੱਕ ਇਹਨੂੰ ਮੁਹਿੰਮ ਬਣਾ ਕੇ ਅਸੀਂ ਲੋਕਾਂ ਨੂੰ ਨਾਲ ਜੋੜ ਕੇ ਅਸੀਂ ਲੋਕਾਂ ਨੂੰ ਨਾਲ ਲੈ ਕੇ ਇਹ ਸਾਰੇ ਬੋਰਡ ਅਸੀਂ ਪੰਜਾਬੀ ਦੇ ਵਿੱਚ ਕਰੀਏ ਪਰ ਜੇ ਉਸ ਤੋਂ ਬਾਅਦ ਜੇ ਕੋਈ ਨਹੀਂ ਕਰੂਗਾ ਤਾਂ 21 ਫਰਵਰੀ ਤੋਂ ਬਾਅਦ ਅਸੀਂ ਜਿਹੜਾ ਸ਼ੁਰੂ ਕਰ ਰਹੇ ਹਾਂ ਕਿ ਜਿਹੜਾ ਫਾਈਨ ਹੈ ਜਿਹੜਾ ਉਹ ਉਹਨਾਂ ਲੋਕਾਂ 'ਤੇ ਲਾਇਆ ਜਾਵੇ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਸਰ ਐਸ ਵਾਈ ਐਲ ਮੁੱਦੇ ਦਾ ਜ਼ਰੂਰਤ ਨਾ ਸਰ ਐਸ ਵਾਈ ਐਲ ਮੁੱਦੇ ਲੈ ਕੇ 4 ਜਨਵਰੀ ਦੁਬਾਰਾ ਮੀਟਿੰਗ ਹੋਣ ਲੱਗੀ ਹੈ ਲੱਗਦਾ ਇਸ ਵਾਰੀ ਕੋਈ ਸਿੱਟਾ ਨਿਕਲੂ ਉਹਦੇ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪਹਿਲਾਂ ਵੀ ਬਿਲਕੁਲ ਜਿਹੜੀ ਮੀਟਿੰਗ ਹੋਈ ਸੀ ਦੋਨੇ ਮੁੱਖ ਮੰਤਰੀਆਂ ਦੀ ਸਾਡਾ ਸਟੈਂਡ ਉਹਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤੇ ਸੀ ਪਾਣੀਆਂ ਦੀ ਪਹਿਲਾਂ ਹੀ ਵੰਡ ਜਿਹੜੀ ਆ ਉਹ ਨਹੀਂ ਸਹੀ ਹੋਈ ਪੰਜਾਬ ਕੋਲ ਤੁਪਕਾ ਪਾਣੀ ਦਾ ਜਿਹੜਾ ਹਰਿਆਣੇ ਨੂੰ ਜਾਂ ਕਿਸੇ ਹੋਰ ਸੂਬੇ ਨੂੰ ਦੇਣ ਲਈ ਹੈ ਹੀ ਨਹੀਂ ਸੋ ਇਸੇ ਕਰਕੇ ਕੋਈ ਸਵਾਲ ਹੀ ਜਿਹੜਾ ਉਹ ਨਹੀਂ ਪੈਦਾ ਸਰ ਥੀਮ ਪਾਰਕ ਘੁਟਾਲੇ ਵਿੱਚ ਦੁਬਾਰਾ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਚੰਨੀ ਚੰਨੀ ਤੇ ਕਿੱਦਾਂ ਦੇਖ ਰਹੇ ਇਸ ਚੀਜ਼ ਨੂੰ ਦੇਖੀ ਸਰ ਥੀਮ ਪਾਰਕ ਉੱਤੇ